ਪੂਰੇ ਦਾ ਪੂਰਾ ਦੇਸ਼ ਹੀ ਰੇਗਿਸਤਾਨ ਹੈ ਬਈ। ਆ ਦੇਖੋ ਪੈਟਰੋਲ ਪੰਪ ਇਹਨਾਂ ਦਾ ਬਈ। ਇਸ ਦੇਸ਼ ਦੇ ਵਿੱਚ ਭਾਰਤ ਤੋਂ ਆਇਆ ਯੂਟਿਊਬਰ ਹੋਣਾ ਇੰਨਾ ਜ਼ਿਆਦਾ ਖਤਰਾ ਹੈ ਨਾ। ਸਾਲੇ ਆ ਗਏ ਸੀ, ਉਹ ਦੇਖੋ ਸਾਹਮਣੇ ਵੀ ਪੁਲਿਸ ਵਾਲਾ ਕਿਸੇ ਗੱਡੀ ਵਾਲੇ ਨੂੰ ਰੋਕੀ ਖੜਾ। ਸੜਕ ਤੋਂ ਪਾਸੇ ਆਉਂਦੇ ਬਈ, ਦੇਖੋ ਰੇਤਾ ਹੀ ਰੇਤਾ ਇੱਥੇ ਸਾਰੇ ਪਾਸੇ। ਪਤਾ ਨਹੀਂ ਯਾਰ ਇੱਥੇ ਕਿਹੜੀ ਮਾਰਕੀਟ ਆ। ਵੀ ਰੇਲਵੇ ਸਟੇਸ਼ਨ ਇੱਥੋਂ ਦਾ ਇੰਨੀ ਲੰਮੀ ਹੈ, ਪਿਛਲੇ 5-10 ਮਿੰਟ ਤੋਂ ਲੰਘੀ ਜਾ ਰਹੀ ਹੈ, ਖਤਮ ਹੀ ਨਹੀਂ ਹੋ ਰਹੀ ਬਈ। ਇਹ ਦੇਖੋ ਜਿੱਥੋਂ ਤੱਕ ਨਜ਼ਰ ਜਾਊਗੀ ਉੱਥੋਂ ਤੱਕ ਹੀ ਦੇਖੂਗੀ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਨਵੇਂ ਦਿਨ ਅਤੇ ਨਵੀਂ ਵੀਡੀਓ ਦੇ ਵਿੱਚ। ਮੈਂ ਹਾਂ ਇਸ ਟਾਈਮ ਨੌਦੀਬੂ। ਨੌਦੀਬੂ ਹੈ ਬਈ ਮੋਰੀਟੇਨੀਆ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ। ਮੋਰੀਟੇਨੀਆ ਦੇਸ਼ ਨੂੰ ਤੁਸੀਂ ਨੌਰਥ ਵੈਸਟ ਕਹਿ ਸਕਦੇ ਹੋ, ਅੱਧਾ ਵੈਸਟ ਅਤੇ ਅੱਧਾ ਨੌਰਥ ਦੇ ਵਿੱਚ। ਸੋ ਬਈ ਮੈਂ ਇੱਥੇ ਇੱਕ ਹੋਟਲ ਦੇ ਵਿੱਚ ਰੁਕਿਆ ਹੋਇਆ ਅਤੇ ਇੱਥੋਂ ਮੈਂ ਅੱਜ ਫੜਨ ਵਾਲਾ ਦੁਨੀਆ ਦੀ ਸਭ ਤੋਂ ਖਤਰਨਾਕ ਅਤੇ ਦੁਨੀਆ ਦੀ ਸਭ ਤੋਂ ਲੰਬੀ ਟ੍ਰੇਨ, ਜਿਹੜੀ ਕਿ ਪੈਸੈਂਜਰ ਟ੍ਰੇਨ ਨਹੀਂ ਹੈ ਬਈ, ਮਾਲ ਗੱਡੀ ਹੈ ਇੱਕ। ਅਤੇ ਉਹਦਾ ਕੋਈ ਟਾਈਮ ਨਹੀਂ ਹੈ, ਕੁਛ ਨਹੀਂ ਹੈ। ਵੈਸੇ ਤਾਂ ਅਫੀਸ਼ੀਅਲ ਟਾਈਮ ਉਹਦਾ ਦੁਪਹਿਰ ਦਾ 12:30-1:30 ਵਜੇ ਦਾ, ਪਰ ਕਦੋਂ ਜਾਊਗੀ ਕੁਛ ਪਤਾ ਨਹੀਂ ਹੈ। ਫਿਲਹਾਲ ਮੈਂ ਆਪਦੇ ਹੋਟਲ ਦੇ ਵਿੱਚ ਬਾਈ ਹਰੀ ਸਵੇਰੇ ਸਵੇਰੇ ਸ਼ਾਨਦਾਰ ਜਿਹਾ ਬ੍ਰੇਕਫਾਸਟ ਫੜਾ ਗਏ ਬਈ। ਕੋਰੇਸੋ ਆ, ਡਰਾਈ ਫਰੂਟਸ ਆ, ਜੂਸ ਆ ਗਿਆ ਬਈ, ਇੱਧਰ ਆਹ ਸਭ ਆ ਗਿਆ। ਇਹ 'ਚ ਕੀ ਆ ਬਈ, ਯੋਗਰਟ ਹੋਊਗੀ ਮੈਨੂੰ ਲੱਗਦਾ। ਹਾਂ ਸ਼ਾਇਦ ਉਹੀ ਆ ਬਈ। ਉਹ ਬਈ ਇੰਨਾ ਸਾਰਾ ਕੁਛ ਮੈਨੂੰ ਮਿਲ ਰਿਹਾ, ਔਰ ਇਹਦੇ ਲਈ ਬਈ ਆਹ ਸਾਰਾ ਕੁਛ ਇੱਥੇ ਮੈਂ ਕੱਲ੍ਹ ਵੀ ਤੁਹਾਨੂੰ ਵੀਡੀਓ 'ਚ ਦਿਖਾਇਆ ਹੋਣਾ, ਔਰ ਇਹ ਬੜਾ ਸ਼ਾਨਦਾਰ ਜਿਹਾ ਰੂਮ ਹੈ। ਇਹਦੇ ਲਈ ਮੈਂ ਪੇ ਕੀਤਾ ਬਈ 30 €, ਹਾਲਾਂਕਿ ਤੱਕ ਪੇ ਕੀਤੇ ਨਹੀਂ ਹੈ, ਕਢਵਾ ਕੇ ਲਿਆ ਕੇ ਫਿਰ ਪੇ ਕਰੂੰਗਾ। ਸੋ ਬ੍ਰੇਕਫਾਸਟ ਕਰ ਲਈਏ, ਫਿਰ ਮਿਲਦੇ ਹਾਂ ਤੁਹਾਨੂੰ ਬਾਹਰ ਚੱਲ ਕੇ। ਹੋਟਲ ਤੋਂ ਬਾਹਰ ਆ ਗਿਆ ਮੈਂ ਅਤੇ ਹੁਣ ਚੱਲਦੇ ਹਾਂ ਸਿਮ ਲੈਣ ਅਤੇ ਨਾਲੇ ATM ਦੇਖਣਾ ਬਈ, ਕੈਸ਼ ਦੀ ਲੋੜ ਆ। ਟ੍ਰੇਨ ਦਾ ਅਫੀਸ਼ੀਅਲ ਟਾਈਮ ਤਾਂ ਬਈ, ਅਫੀਸ਼ੀਅਲ ਤਾਂ ਚਲੋ ਕੀ ਹੈ, ਜਿਹੜੀ ਟ੍ਰੇਨ 'ਤੇ ਮੈਂ ਜਾਣਾ ਉਹਦਾ ਅਫੀਸ਼ੀਅਲ ਟਾਈਮ ਦਾ ਮਤਲਬ 1:30 ਵਜੇ ਦਾ। ਪਰ ਦੇਖਦੇ, ਇੱਥੇ ਇੱਕ ਇੰਡੀਅਨ ਬਾਈ ਆ, ਮੈਂ ਆਪਣੇ ਦੋਸਤ ਤੋਂ ਨੰਬਰ ਲਿਆ ਸੀਗਾ ਅਤੇ ਉਹ ਬਾਈ ਇੱਥੇ ਰਹਿੰਦੇ ਨੇ ਪਟਨਾ ਤੋਂ ਨੇ, ਅਤੇ ਉਹ ਵੀ ਸ਼ਾਇਦ ਆਪਾਂ ਨੂੰ ਮਿਲਣ ਆਉਣਗੇ ਅਤੇ ਉਹਨਾਂ ਨਾਲ ਮਿਲ ਕੇ ਗੱਲਾਂ ਬਾਤਾਂ ਮਾਰ ਕੇ ਫਿਰ ਚੱਲਾਂਗੇ। ਪਰ ਪਹਿਲਾਂ ਸਿਮ ਲੈਣੀ ਬਹੁਤ ਜ਼ਰੂਰੀ ਆ ਬਈ ਟ੍ਰੇਨ ਦੇ ਵਿੱਚ। ਸਿਮ ਹੋਊਗੀ ਤਾਂ ਮਾੜਾ ਮੋਟਾ ਕੁਛ ਨਾ ਕੁਛ ਫੋਨ ਨੈਟਵਰਕ ਕੁਛ ਤਾਂ ਆਉਂਦਾ ਰਹੂਗਾ। ਇਹ ਇਕਲੌਤੀ ਰੋਡ ਹੈ ਜਿਹੜੀ ਪੱਕੀ ਹੈ, ਇਹਦੇ ਆਸੇ ਪਾਸੇ ਦੇਖੋ ਸਾਰਾ ਕੁਛ ਕੱਚਾ, ਅੰਦਰ ਨੂੰ ਜਿਹੜੀਆਂ ਗਲੀਆਂ ਮੁੜ ਰਹੀਆਂ ਸਭ ਕੱਚੀਆਂ ਨੇ। ਟੋਗੋ ਦੇ ਵਿੱਚ ਵੀ ਸੇਮ ਦੇਸ਼ ਸੀਗਾ ਟੋਗੋ, ਵੈਸਟ ਅਫਰੀਕਾ ਦੇ ਵਿੱਚ ਜਦੋਂ ਪਿਛਲੀ ਸੀਰੀਜ਼ ਅਫਰੀਕਾ ਵਾਲੀ ਤੁਸੀਂ ਦੇਖ ਸਕਦੇ ਹੋ, ਉਹਦੇ ਵਿੱਚ ਵੀ ਜਿਹੜੀ ਉਹਨਾਂ ਦੀ ਮੇਨ ਰੋਡ ਸੀ ਨਾ ਉਹ ਪੱਕੀ ਸੀ, ਬਾਕੀ ਸਭ ਗਲੀਆਂ ਕੱਚੀਆਂ 'ਚ। ਉਹਨਾਂ ਦੀ ਕੈਪੀਟਲ 'ਚ ਰੁਕਿਆ ਹੋਇਆ ਸੀ ਨਾਲੇ ਮੈਂ। ਇਹਨਾਂ ਦੀ ਵੀ ਕੈਪੀਟਲ ਇੱਦਾਂ ਦੀ ਹੈ, ਇਹ ਇਹਨਾਂ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਜਿਵੇਂ ਇੰਡੀਆ ਦਾ ਲਾ ਲਓ ਦਿੱਲੀ ਲਾ ਲਓ, ਇਹ ਜਿਵੇਂ ਮੰਨ ਲਓ ਇੰਡੀਆ ਦਾ ਸਭ ਤੋਂ ਵੱਡਾ ਸ਼ਹਿਰ ਮੁੰਬਈ ਹੈ। ਖੈਰ ਇੱਥੇ ਜਿਹੜੇ ਲੋਕ ਨੇ ਨਾ ਬਈ, ਜ਼ਿਆਦਾਤਰ ਤਾਂ ਅਰਬਸ ਨੇ, ਅਰਬ ਜਿਵੇਂ ਬਿਲਕੁਲ ਉਹਨਾਂ ਦਾ ਰੰਗ ਵੀ ਚਿੱਟਾ, ਦੇਖਣ ਨੂੰ ਵੀ ਅਰਬੀ ਨੇ। ਕਈ ਬਿਲਕੁਲ ਬਲੈਕ ਲੋਕ ਨੇ, ਕਾਲੇ ਲੋਕ ਨੇ, ਜਿਵੇਂ ਅਫਰੀਕਨ ਹੁੰਦੇ ਨੇ, ਅਤੇ ਕਈ ਮਿਕਸ ਨੇ ਬਈ। ਉਹ ਬਿਲਕੁਲ ਹੀ ਉਹਨਾਂ ਦਾ ਰੰਗ ਸਾਂਵਲਾ, ਸ਼ਕਲ ਉਹਨਾਂ ਦੀ ਅਰਬ ਵਰਗੀ, ਔਰ ਬਿਲਕੁਲ ਹੀ ਆਪਣੇ ਲੋਕਾਂ ਵਰਗੇ ਲੱਗਦੇ ਆ। ਕੱਲ੍ਹ ਇਸ ਰੈਸਟੋਰੈਂਟ ਦੇ ਉੱਤੇ ਇੱਕ ਬਾਈ ਸੀਗਾ, ਉਹ ਜਿਹੜਾ ਮਤਲਬ ਔਡਰ ਲੈ ਰਿਹਾ ਸੀ, ਉਹ ਮੈਨੂੰ ਇੱਦਾਂ ਲੱਗ ਰਿਹਾ ਸੀ ਮੈਂ ਕਹਿ ਰਿਹਾ ਇੰਡੀਆ ਪਾਕਿਸਤਾਨ 'ਚੋਂ ਕਿਤੇ ਦਾ, ਪਰ ਨਹੀਂ, ਉਹ ਇੱਥੋਂ ਦਾ ਲੋਕਲ ਸੀਗਾ। ਸੋ ਤਾਂ ਕਰਕੇ ਮੈਂ ਵੀ ਇਹਨਾਂ 'ਚ ਥੋੜ੍ਹਾ ਬਹੁਤ ਮਿਕਸ ਹੋ ਰਿਹਾ, ਪਰ ਲੋਕਲ ਲੋਕ ਪਛਾਣ ਰਹੇ ਆ ਮੈਨੂੰ। ਖੈਰ ਮੇਰਾ ਤਾਂ ਪੱਗ ਕਰਕੇ ਪਛਾਣ ਲੈਂਦੇ ਆ, ਪਰਨੇ ਕਰਕੇ, ਪਰ ਉੱਦਾਂ ਵੀ ਇਹ ਲੋਕਲ ਲੋਕ ਪਛਾਣ ਲੈਂਦੇ ਆ, ਪਰ ਆਪਾਂ ਨੂੰ ਪਤਾ ਨਹੀਂ ਲੱਗਦਾ। ਆਪਾਂ ਨੂੰ ਐਂ ਲੱਗਦਾ ਵੀ ਆਹ ਫਲਾਨਾ ਬੰਦਾ ਇੰਡੀਆ ਪਾਕਿਸਤਾਨ ਵਾਲੇ ਪਾਸਿਓਂ, ਬੰਗਲਾਦੇਸ਼ ਦਾ ਹੋ ਸਕਦਾ, ਇੱਦਾਂ ਲੱਗਦੇ ਆ ਕਈ ਲੋਕ ਇੱਥੇ। ਪੂਰੇ ਦਾ ਪੂਰਾ ਦੇਸ਼ ਹੀ ਰੇਗਿਸਤਾਨ ਹੈ ਬਈ। ਆਹ ਦੇਖੋ ਪੈਟਰੋਲ ਪੰਪ ਇਹਨਾਂ ਦਾ, ਬਿਲਕੁਲ ਰੇਗਿਸਤਾਨ ਹੈ ਬਈ। ਇਹਦੀਆਂ ਗਲੀਆਂ 'ਚ ਵੀ ਰੇਤਾ ਹੀ ਰੇਤਾ ਚਾਰੇ ਪਾਸੇ, ਔਰ ਉੱਡਦਾ ਰਹਿੰਦਾ ਰੇਤਾ। ਅੱਜ ਥੋੜ੍ਹਾ ਜਿਹਾ ਘੱਟ ਉੱਡ ਰਿਹਾ, ਬਾਕੀ ਇਹ ਸੜਕ ਥੋੜ੍ਹੀ ਜਿਹੀ ਪੱਕੀ, ਇੱਥੇ ਘੱਟ ਉੱਡ ਰਿਹਾ। ਜਿਵੇਂ ਅੰਦਰਲੇ ਪਾਸੇ ਜਾਊਂਗਾ ਜਿੱਥੇ ਹਵਾ ਚੱਲ ਰਹੀ ਹੋਊਗੀ, ਫੁੱਲ ਰੇਤਾ ਉੱਡਦਾ ਬਈ ਉੱਥੇ। ਮੋਰੀਟੇਨੀਆ ਦੇਸ਼ ਦੁਨੀਆ ਦੇ ਸਭ ਤੋਂ ਜ਼ਿਆਦਾ ਸੁੰਨੇ ਪਏ ਦੇਸ਼ਾਂ ਦੇ ਵਿੱਚੋਂ ਇੱਕ ਹੈ, ਜਿਵੇਂ ਕਿ ਮੰਗੋਲੀਆ ਹੋ ਗਿਆ, ਜਾਂ ਫਿਰ ਕਈ ਸਾਰੇ ਦੇਸ਼ ਨੇ, ਰਸ਼ੀਆ ਵੀ ਉਹਨਾਂ 'ਚੋਂ ਇੱਕ ਹੈ। ਪਰ ਬਈ ਇਹ ਤਾਂ ਇੰਨਾ ਜ਼ਿਆਦਾ ਸੁੰਨਾ ਹੈ ਕਿ 1 ਮਿਲੀਅਨ ਸਕੇਅਰ ਕਿਲੋਮੀਟਰ ਤੋਂ ਜ਼ਿਆਦਾ ਇਹਦਾ ਏਰੀਆ, ਲੇਕਿਨ ਲੋਕ ਰਹਿੰਦੇ ਨੇ ਸਿਰਫ 45 ਲੱਖ, ਔਰ ਉਹ 45 ਲੱਖ 'ਚੋਂ ਵੀ 15-16 ਲੱਖ ਲੋਕ ਤਾਂ ਬਈ ਇਹਨਾਂ ਦੀ ਕੈਪੀਟਲ ਨੌਕਸ਼ੋਟ 'ਚ ਹੀ ਰਹਿੰਦੇ ਨੇ। ਸੋ ਬਾਕੀ ਦੇਸ਼ 'ਚ ਲਾ ਲਓ ਹਿਸਾਬ ਵੀ ਕਿੰਨੇ ਕੁ ਲੋਕ ਰਹਿੰਦੇ ਹੋਣਗੇ, ਔਰ 90% ਤੋਂ ਜ਼ਿਆਦਾ ਇਸ ਦੇਸ਼ ਦਾ ਹਿੱਸਾ ਸਹਾਰਾ ਰੇਗਿਸਤਾਨ ਦੇ ਵਿੱਚ ਆਉਂਦਾ ਬਈ।
तो कौन ही रहूगा उत्थे, ना कोई पानी है ना कुछ है बई। और इस देश की पूरी 100% पॉपुलेशन ही इस्लामिक है बई, 99.7% मतलब 100 ही मन के चलो। चाइना का प्रभाव तो बई पूरा है, देखो इतने भी आ चाइनीज़ घर है या कुछ चाइनीज़, बहुत सारे चाइनीज़ लोग है, तो पूरे अफरीका च ही है बई। और इतने भी है ये झंडा भी मोरिटेनिया का, सामने देख सकते हो ਉਦਾਂ ਦਾ ਬਈ। ਲਾਈਟਾਂ ਲੂਟਾਂ ਵੀ ਇੱਥੇ ਪੂਰਾ ਪ੍ਰਬੰਧ ਹੈ, ਉੱਦਾਂ ਦਾ ਠੀਕ ਹੈ, ਮਤਲਬ ਪੁਲਿਸ ਪੁਲਿਸ ਵੀ ਖੜੀ ਰਹਿੰਦੀ ਹੈ ਚੌਂਕਾਂ 'ਤੇ। ਪਰ ਹਾਂ ਉੱਦਾਂ ਮਤਲਬ ਸਿਕਿਉਰਿਟੀ ਪਰਪਸ ਤੋਂ ਬਈ ਦੇਖਿਆ ਜਾਵੇ ਤਾਂ ਖਤਰਾ ਹੀ ਹੈ ਇਸ ਦੇਸ਼ ਦੇ ਵਿੱਚ, ਇੰਨਾ ਜ਼ਿਆਦਾ ਸੇਫ ਨਹੀਂ ਮੰਨਿਆ ਜਾਂਦਾ ਇਹ। ਬਈ ਪਿੱਛੋਂ ਇੱਕ ਬਾਈ ਤੋਂ ਹੈਲਪ ਲਈ, ਵੀਡੀਓ ਤਾਂ ਨਹੀਂ ਬਣਾ ਸਕਿਆ ਮੈਂ, ਨਾ ਹੀ ਇੱਥੇ ਲੋਕਾਂ ਨੂੰ ਚੰਗਾ ਲੱਗਦਾ ਬਈ। ਪਰ ਇੱਧਰ ਇੱਕ ਬਾਈ ਨੇ ਮਾਰਕੀਟ ਦੱਸੀ ਹੈ, ਕੋਈ ਚਾਈਨਾ ਮਾਰਕੀਟ ਆ ਬਾਈ, ਕਹਿੰਦਾ ਉੱਥੇ ਚੱਲ ਜਾ, ਉੱਥੇ ਮਿਲ ਜੂ ਕਹਿੰਦਾ ਸਾਰਾ ਕੁਛ ਹੀ ਤੈਨੂੰ। ਸੜਕ ਤੋਂ ਪਾਸੇ ਆਉਂਦੇ ਬਈ ਦੇਖੋ ਰੇਤਾ ਹੀ ਰੇਤਾ ਇੱਥੇ ਸਾਰੇ ਪਾਸੇ, ਪਤਾ ਨਹੀਂ ਯਾਰ ਇੱਥੇ ਕਿਹੜੀ ਮਾਰਕੀਟ ਆ। ਸ਼ਕਲ ਤੋਂ ਤਾਂ ਇੱਥੇ ਕੁਛ ਲੱਗ ਨਹੀਂ ਰਿਹਾ, ਕੁਛ ਦੇਖਣ ਪੱਖਣ ਨੂੰ ਇੱਥੇ ਮਾਰਕੀਟ ਹੋ ਸਕਦੀ ਹੈ। ਪਤਾ ਨਹੀਂ ਬਈ ਕਿੱਥੇ ਗਵਾਚਿਆ ਫਿਰਦਾ ਇਸ ਰੇਤੇ ਦੇ ਵਿੱਚ, ਕੁਛ ਨਹੀਂ ਲੱਭ ਰਿਹਾ ਇੱਥੇ, ਕੁਛ ਹੈ ਹੀ ਨਹੀਂ ਬਈ। ਆਹ ਕੁਛ ਬਿਲਡਿੰਗਾਂ ਬਣੀਆਂ ਨਹੀਂ, ਕੁਛ ਸਰਕਾਰੀ, ਪਿੱਛੇ ਸਰਕਾਰੀ ਬਿਲਡਿੰਗ ਸੀ ਬਾਈ, ਕਹਿੰਦਾ ਉੱਥੇ ਅੰਦਰ ਨਾ ਹੀ, ਆਪ ਹੀ ਪੁਲਿਸ ਵਾਲੇ ਬਾਹਰ ਆ ਗਏ, ਉਹਨਾਂ ਨੇ ਦੱਸਿਆ ਇੱਧਰ ਚੱਲ ਜਾ ਕਹਿੰਦੇ। ਇੱਥੇ ਫਿਰ ਪੱਕੀ ਰੋਡ ਆ ਗਈ ਬਈ, ਹੁਣ ਇੱਧਰ ਕਹਿੰਦਾ ਬਾਈ ਯਾਰ ਕਿਤੇ ਹੋਊਗਾ, ਮਿਲ ਜੇ ਤਾਂ ਯਾਰ ਚੰਗੀ ਗੱਲ। ਆਹ ਦੇਖਿਓ ਬਈ ਬੈਂਕ ਤਾਂ ਇੱਥੇ ਹੈਗਾ, ਪਰ ਇੱਦਾਂ ਲਾ ਰਿਹਾ ਯੁੱਗਾਂ ਯੁੱਗਾਂ ਦਾ ਇਹ ਬੈਂਕ ਤਾਂ ਖੁੱਲ੍ਹਾ ਹੀ ਨਾ ਹੋਵੇ, ਬੰਦ ਪਿਆ, ਬਹੁਤ ਸਾਰੇ ਬੈਂਕ ਇੱਦਾਂ ਬੰਦ ਪਏ ਆ, ਖੰਡਰ ਬਣੇ ਪਏ ਆ, ਉਹ ਸਾਹਮਣੇ ਹੁਣ ਦੇਖਦਾ ਰਿਹਾ ਬਸ ਚੱਲਦਾ ਹੋਵੇ ਉਹ। ਆਇਆ ਤਾਂ ਵੈ ਹੈ ਬਈ, ਏ ਟੀ ਐੱਮ ਇੱਦਾਂ ਦੇ ਦੇਸ਼ਾਂ 'ਚ ਧਿਆਨ ਵੀ ਰੱਖਣਾ ਪੈਂਦਾ ਕਿ ਕੋਈ ਚੱਕਰ ਹੀ ਨਾ ਪੈ ਜਾਵੇ। ਇੱਕ ਬੰਦਾ ਪਤਾ ਨਹੀਂ ਪਿੱਛੇ ਦੇਖ ਕੇ ਗਿਆ ਮੈਨੂੰ ਕਿ ਹਾਂ ਵੀ ਬੰਦਾ ਕਢਾ ਰਿਹਾ ਪੈਸੇ, ਕਿਤੇ ਬਾਹਰ ਨਿਕਲਦੇ ਲੁੱਟ ਲੈ ਜਾਈ ਆਪਾਂ, ਧਿਆਨ ਰੱਖਣਾ ਪੈਂਦਾ। ਪਰ ਦੇਖਦੇ ਹੁਣ ਕੱਢ ਕੇ ਨਿਕਲ ਜਾਵੇ ਬਸ। ਇਹ ਪੂਰੀ ਟ੍ਰਾਂਜੈਕਸ਼ਨ ਨੂੰ ਰਿਕਾਰਡ ਵੀ ਕਰਨਾ ਬਈ ਆਪਾਂ, 300 ਮਤਲਬ ਹੋ ਗਿਆ ਇੰਡੀਆ ਦਾ, 600-700 ਦਾ ਚਾਰਜ ਲਊਗਾ ਇਹ, ਲੱਗਦਾ ਰਿਹਾ ਵੀ ਕੱਢਦੇ। ਯੈਸ ਯੈਸ ਯੈਸ, ਉਦਣ ਵੀ ਬਈ ਇੱਦਾਂ ਹੀ ਹੋਇਆ ਸੀਗਾ, ਗਿਣਤੇ ਸੀਗੇ ਪਰ ਕੱਢੇ ਨਹੀਂ ਮੋਰੋਕੋ 'ਚ, ਪਰ ਹਾਲੇ ਤੱਕ ਉਹ ਮੇਰਾ 16,000 ਵਾਪਸ ਵੀ ਨਹੀਂ ਆਇਆ ਬਈ। ਸ਼ੁਕਰ ਆ ਬਈ ਇਹਦਾ ਆ ਗਏ। ਇਹ ਆ ਬਈ ਉਗੀਆ, ਇੱਥੇ ਨਵੇਂ ਉਗੀਆ, ਪਹਿਲਾਂ 5,000 ਦਾ ਨੋਟ ਹੁੰਦਾ ਸੀ ਇਹ, ਫਿਰ ਇਹਨੂੰ 500 ਦਾ ਕਰਤਾ, ਇੱਕ ਜੀਰੋ ਹਟਾਤੀ ਔਰ ਕਰੰਸੀ ਦੀ ਵੈਲਿਊ ਵੱਧ ਗਈ। ਹੁਣ ਇਹਨਾਂ ਦੇ ਇੱਕ ਉਗੀਆ ਨਾਲ ਇੰਡੀਆ ਦੇ 2-2.25 ਰੁਪਏ ਆ ਜਾਂਦੇ ਆ, ਪਹਿਲਾਂ ਇੰਨੀ ਡਾਊਨ ਹੁੰਦੀ ਸੀ ਕਿ ਇੰਡੀਆ ਦੇ 1 ਰੁਪਏ ਨਾਲ ਇਹਨਾਂ ਦੇ ਕਈ ਸਾਰੇ ਉਗੀ ਆ ਜਾਂਦੇ ਸੀਗੇ। ਲਓ ਵੀ ਇੱਕ ਕੰਮ ਤਾਂ ਹੋ ਗਿਆ, ਪੈਸੇ ਨਿਕਲ ਗਏ, ਚਾਹੇ ਥੋੜ੍ਹੇ ਐਕਸਟਰਾ ਚਾਰਜ ਲੱਗੇ, 100 ਮੇਰੇ ਉਹਨੇ ਲੈ ਲਏ, 600-700 ਇਹਨਾਂ ਨੇ ਕੱਟ ਲਿਆ, 800 ਲੱਗੇ, ਪਰ ਕੰਮ ਹੋ ਗਿਆ। ਹੁਣ ਸਿਮ ਕਾਰਡ ਲੱਭਣੀ ਹੈ, ਉਸ ਤੋਂ ਬਾਅਦ ਹੀ ਫਿਰ ਕੁਛ ਹੋ ਸਕਦਾ ਯਾਰ। ਬੜਾ ਡਰ ਡਰ ਕੇ ਵੀਡੀਓ ਬਣਾਉਣੀ ਪੈ ਰਹੀ ਹੈ, ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ, ਇੱਥੇ ਯੂਟਿਊਬਰ ਦੱਸਣਾ ਜਾਂ ਹੋਣਾ ਬਹੁਤ ਖਤਰਾ ਹੋ ਸਕਦਾ, ਤੁਹਾਨੂੰ ਤੁਹਾਡੀ ਜਾਨ 'ਤੇ ਵੀ ਬਣ ਸਕਦੀ, ਔਰ ਇੰਡੀਅਨ ਯੂਟਿਊਬਰ ਹੋਣਾ ਤਾਂ ਬਹੁਤ ਹੀ ਵੱਡੀ ਗੱਲ ਹੈ। ਸੋ ਤਾਂ ਕਰਕੇ ਬਹੁਤ ਡਰ ਡਰ ਕੇ ਮੈਨੂੰ ਬਣਾਉਣੀ ਪੈ ਰਹੀ ਹੈ ਵੀਡੀਓ। ਇੱਥੇ ਸਾਹਮਣੇ ਕਿਸੇ ਨੇ ਦੱਸਿਆ ਵੀ ਹੈ, ਲਓ ਵੀ ਇੱਥੇ ਇੱਕ ਚਾਈਨਾ ਮਾਰਕੀਟ ਆ, ਇੱਥੋਂ ਇੱਕ ਸਿਮ ਮਿਲੀ ਆ, ਆਹ ਵਾਲੀ ਲਈ ਆ ਮੈਂ, 600 ਉਗੀਆ ਦੀ, 200 ਉਗੀਆ ਦਾ ਬਾਈ ਤੋਂ ਕਰਾਇਆ ਰੀਚਾਰਜ ਇੱਥੋਂ, ਅਤੇ ਆਹ ਲੈ ਲਈ ਆ ਬਈ ਆਪਾਂ, ਹੁਣ ਚੱਲਦੇ ਹਾਂ। ਓਕੇ ਥੈਂਕ ਯੂ ਵੈਰੀ ਮੱਚ ਬ੍ਰੋ। ਮੇਰੇ ਲੱਗੇ 1700 ਇੰਡੀਅਨ ਰੁਪੀਜ਼, ਜਿਹਦੇ ਵਿੱਚ ਮੈਨੂੰ ਮਿਲਿਆ 6 GB ਇੰਟਰਨੈਟ ਅਤੇ 7 GB ਬੋਨਸ। ਵੈਸੇ ਹੀ ਮੈਸੇਜ ਆ ਗਿਆ, ਉਹ ਕਹਿੰਦਾ ਤੇਰਾ ਲੱਕ ਸੀਗਾ, 13 GB ਮਿਲ ਗਿਆ, ਵੈਸੇ ਤਾਂ 6 GB ਮੰਨ ਕੇ ਚੱਲੋ, 1700 ਇੰਡੀਅਨ ਰੁਪੀਜ਼ ਦੀ। ਕੋਈ ਪਾਸਪੋਰਟ ਨਹੀਂ ਲਿਆ, ਕੁਛ ਨਹੀਂ ਲਿਆ ਬਈ, ਸਿਮ ਮਿਲ ਗਈ। ਦੇਖ ਸਕਦੇ ਹੋ ਕਿੰਨੀ ਮਹਿੰਗੀ ਸਿਮ ਹੈ, ਮੋਰੋਕੋ 'ਚ ਮੈਂ ਲਈ ਸੀ 1800 ਇੰਡੀਅਨ ਰੁਪੀਜ਼ ਦੀ ਸਿਮ, ਇਸ 'ਚ 1700 ਦੀ, ਮਤਲਬ 3500 ਦਾ ਮੇਰੇ ਪਿਛਲੇ 7 ਦਿਨਾਂ 'ਚ ਸਿਮਾਂ ਅਤੇ ਇੰਟਰਨੈਟ 'ਤੇ ਹੀ ਲੱਗ ਗਿਆ। ਬਹੁਤ ਮਹਿੰਗੇ ਨੇ ਬਈ ਇਹ ਦੇਸ਼, ਕਹਿਣ ਨੂੰ ਸਸਤੇ ਹੋ ਸਕਦੇ ਨੇ, ਹੋਟਲ ਵੀ ਮਹਿੰਗੇ। ਇੱਕ ਡਿਵੈਲਪ ਦੇਸ਼ ਦੇ ਵਿੱਚ ਨਾ, ਰਸ਼ੀਆ ਵਰਗੇ ਔਰ ਯੂਰਪੀਅਨ ਕਈ ਕੰਟਰੀਆਂ ਦੇ ਵਿੱਚ 10-15 ਯੂਰੋ ਜਾਂ ਉਸ ਤੋਂ ਵੀ ਥੱਲੇ 5-5 ਯੂਰੋ ਦੇ ਵਿੱਚ ਹੋਸਟਲ ਮਿਲ ਜਾਣਗੇ, ਸਿਮ ਮਿਲ ਜੂ 300-400 ਦੀ। ਪਰ ਇਹ ਦੇਸ਼ ਕਹਿਣ ਨੂੰ ਸਸਤੇ ਹੋ ਸਕਦੇ ਨੇ, ਪਰ ਬਈ ਇੱਥੇ ਮਹਿੰਗਾਈ ਹੱਦੋਂ ਵੱਧ ਆ, ਟੂਰਿਸਟ ਲਈ ਤਾਂ ਨਜਾਇਜ਼ ਹੀ ਜ਼ਿਆਦਾ, ਬਹੁਤ ਹੀ ਜ਼ਿਆਦਾ। ਚਲੋ ਹੁਣ ਚੱਲਦੇ ਹਾਂ ਆਪਦੇ ਹੋਟਲ ਵਾਲੇ ਪਾਸੇ, ਫਿਰ ਸੁਜੀਤ ਬਾਈ ਆਉਣਗੇ,
ਸੋ ਉਹਨਾਂ ਤੋਂ ਲੈਂਦੇ ਹਾਂ ਕੋਈ ਜਾਣਕਾਰੀ ਇਸ ਦੇਸ਼ ਬਾਰੇ ਹੋਰ ਖਾਸ। ਇਹ ਮੇਨ ਗਲੀਆਂ ਬਈ ਇਸ ਦੇਸ਼ ਦੀਆਂ ਦੇਖ ਲਓ, ਬਿਲਕੁਲ ਹੀ ਜ਼ਿਆਦਾ। ਔਰ ਇਹ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਇਹਨਾਂ ਦਾ। ਟਾਇਰ ਟੂਰ ਪਤਾ ਨਹੀਂ ਕੀ ਕੁਛ ਰੱਖਿਆ, ਮੈਂ ਉਸ ਰੋਡ 'ਤੇ ਜਾਣਾ ਬਈ, ਉਸ ਰੋਡ ਤੋਂ ਸਿੱਧਾ ਸਿੱਧਾ ਜਾਊਂਗਾ, ਉਸੇ ਰੋਡ 'ਤੇ ਮੇਰਾ ਹੋਟਲ ਹੈ। ਆਹ ਕੰਧ ਕੁਛ ਨਵੀਂ ਬਣੀ ਲੱਗਦੀ ਆ ਬਈ, ਇੱਥੇ ਪਤਾ ਲੱਗ ਰਿਹਾ। ਇਸ ਰੇਤੇ ਦੇ ਵਿੱਚ ਨਾ ਇੱਕ ਹੋਰ ਪ੍ਰੋਬਲਮ ਹੈ, ਮੈਂ ਕਈ ਥਾਵਾਂ 'ਤੇ ਦੇਖਿਆ ਨਵੀਆਂ ਨਵੀਆਂ ਕੰਧਾਂ 'ਤੇ ਉਹਨਾਂ ਦੇ ਵਿੱਚ ਇੱਦਾਂ ਪਾੜ ਪੈ ਜਾਂਦਾ ਅਤੇ ਡਿੱਗ ਪੈਂਦੀਆਂ, ਇਹ ਵੀ ਦਿੱਕਤ ਆ ਬਈ ਇਸ ਦੇਸ਼ 'ਚ। ਬਈ ਇਸ ਦੇਸ਼ ਦੇ ਵਿੱਚ ਭਾਰਤ ਤੋਂ ਆਇਆ ਯੂਟਿਊਬਰ ਹੋਣਾ ਇੰਨਾ ਜ਼ਿਆਦਾ ਖਤਰਾ ਹੈ ਨਾ। ਥੋੜ੍ਹਾ ਟਾਈਮ ਪਹਿਲਾਂ ਇੱਥੇ ਇੱਕ ਯੂਟਿਊਬਰ ਆਇਆ ਸੀਗਾ, ਉਹਨੇ ਵੀ ਕੁਛ ਇੱਦਾਂ ਦੇ ਸ਼ਬਦ ਯੂਜ਼ ਕੀਤੇ, ਇਹਨਾਂ ਦਾ ਮੰਨਣਾ ਹੈ ਅਤੇ ਉਹਦੇ ਕਰਕੇ ਬਹੁਤ ਜ਼ਿਆਦਾ ਖਫਾ ਨੇ ਯੂਟਿਊਬਰਾਂ ਤੋਂ, ਅਤੇ ਜੇ ਕੋਈ ਭਾਰਤ ਤੋਂ ਆਇਆ ਤਾਂ ਬਹੁਤ ਹੀ ਜ਼ਿਆਦਾ ਬਈ। ਔਰ ਇਹਨਾਂ ਨੇ ਉਸ ਯੂਟਿਊਬਰ ਲਈ ਇਹ ਕਹਿਤਾ ਸੀ, ਸਾਨੂੰ ਜਿੰਦਾ ਜਾਂ ਮੁਰਦਾ ਉਹ ਬੰਦਾ ਚਾਹੀਦਾ। ਸੋ ਹਿਸਾਬ ਲਾ ਸਕਦੇ ਹੋ ਤੁਸੀਂ ਕਿੰਨੇ ਜ਼ਿਆਦਾ ਉਹਦੇ ਚਰਚੇ ਹੋਏ ਹੋਣਗੇ ਇਸ ਦੇਸ਼ ਦੇ ਵਿੱਚ। ਤਾਂ ਕਰਕੇ ਵੀ ਮੈਨੂੰ ਬਹੁਤ ਹੀ ਲੁੱਕ ਛਿਪ ਕੇ ਬਣਾ ਤਾਂ, ਖੈਰ ਮੈਂ ਸਾਰਿਆਂ ਦੇ ਸਾਹਮਣੇ ਹੀ ਰਿਹਾ, ਪਰ ਮੈਂ ਇੱਦਾਂ ਨਜ਼ਰਾਂ ਨਹੀਂ ਮਿਲਾਉਂਦਾ ਕਿਸੇ ਵੱਲ ਵੀ, ਇੱਦਾਂ ਪਤਾ ਨਾ ਲੱਗੇ ਕਿ ਹਾਂ ਮੈਂ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ। ਦੇਸ਼ ਦੇ ਵਿੱਚ ਪਾਣੀ ਦੀ ਜਿੰਨੀ ਮਰਜ਼ੀ ਕਮੀ ਹੋਵੇ ਪਰ ਯਾਰ ਰੇਟ ਠੀਕ ਹੀ ਹੁੰਦਾ। ਛੋਟੀ ਬੋਤਲ ਹੈ, 1 ਲੀਟਰ ਤੋਂ ਘੱਟ ਹੈ ਇਹ ਮੈਨੂੰ ਮਿਲੀ ਹੈ ਲਗਭਗ ਇੰਡੀਆ ਦੇ 25 ਰੁਪਏ ਦੀ, ਠੀਕ ਹੀ ਕਹੂੰਗਾ ਮੈਂ ਉਸ ਹਿਸਾਬ ਨਾਲ। ਹਾਲਾਂਕਿ ਇਸ ਦੇਸ਼ ਕੋਲ ਬਿਲਕੁਲ ਵੀ ਪਾਣੀ ਨਹੀਂ ਹੈਗਾ ਬਈ, ਇੱਕ ਰਿਵਰ ਹੈ ਇਹਨਾਂ ਕੋਲ, ਉਹ ਬਿਲਕੁਲ ਸੈਨੇਗਲ ਨਾਲ ਸ਼ੇਅਰ ਕਰਦੇ ਆ, ਇਹ ਸੈਨੇਗਲ ਦੇ ਬਾਰਡਰ ਵਾਲੇ ਪਾਸੇ ਆ। ਬਾਕੀ ਪੂਰੇ ਦੇਸ਼ ਦੇ ਵਿੱਚ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਬਈ। ਇੱਥੇ ਗੱਡੀਆਂ ਜਿੰਨੀਆਂ ਵੀ ਨਾ ਪੁਰਾਣੀਆਂ ਪੁਰਾਣੀਆਂ, ਦੇਖੋ ਜਿਵੇਂ ਆਹ ਚੱਲੀ ਆ, ਬਿਲਕੁਲ ਹੀ ਪੁਰਾਣੀ ਜੀ ਗੱਡੀ ਹੈ। ਇਹ ਸਾਰੀਆਂ ਗੱਡੀਆਂ ਉਹ ਨੇ ਜਦੋਂ ਫਰਾਂਸ ਤੋਂ ਇਹ ਦੇਸ਼ ਆਜ਼ਾਦ ਹੋਇਆ ਸੀ 1960 ਦੇ ਨੇੜੇ ਤੇੜੇ, ਉਹ ਛੱਡ ਗਏ ਜਾਂ ਫਿਰ ਹੁਣ ਵੀ ਬਹੁਤ ਹੀ ਪੁਰਾਣੀਆਂ ਗੱਡੀਆਂ ਯੂਰਪ ਵਗੈਰਾ ਤੋਂ ਇੱਥੇ ਆਉਂਦੀਆਂ ਨੇ ਅਤੇ ਲੋਕ ਖਰੀਦ ਲੈਂਦੇ ਨੇ, ਹੁਣ ਟੈਕਸੀ 'ਚ ਚਲਾਉਂਦੇ ਨੇ ਜਾਂ ਫਿਰ ਪਰਸਨਲ ਯੂਜ਼ ਲਈ ਰੱਖ ਲੈਂਦੇ ਨੇ। ਆਹ ਦੇਖੋ ਆਹ ਗੱਡੀ ਵੀ, ਇਹਨੂੰ ਨਵੀਆਂ ਨਹੀਂ ਕਹਿ ਸਕਦੇ, ਸਾਰੀਆਂ ਯੂਰਪ ਤੋਂ ਆਈਆਂ ਹੋਈਆਂ ਨੇ ਔਰ ਕਈਆਂ ਦੇ ਉੱਤੇ ਤਾਂ ਨੰਬਰ ਵੀ ਸਪੇਨ ਦਾ ਜਾਂ ਯੂਰਪ ਦੀਆਂ ਹੋਰ ਕੰਟਰੀਆਂ ਦਾ ਲੱਗਿਆ ਹੋਇਆ ਬਈ। ਹੋਰ ਗੱਲਾਂ ਦੀਆਂ ਗੱਲਾਂ, ਹੈ ਪੁਰਾਣੀਆਂ ਬਣਾ ਪਰ ਹੈ ਸਾਰੀਆਂ ਮਰਸਡੀਜ਼ ਹੀ ਆ। ਇੱਥੇ ਇੱਕ ਚੀਜ਼ ਹੋਰ ਪਤਾ ਲੱਗਦੀ ਹੈ ਕਿ ਹੋਰ ਕੋਈ ਗੱਡੀ ਬਹੁਤੀ ਪੁਰਾਣੀ ਤੁਸੀਂ ਦੇਖੋਗੇ ਨਹੀਂ, ਮਰਸਡੀ ਤੁਹਾਨੂੰ 60-70 ਸਾਲ ਪੁਰਾਣੀ ਵੀ ਨਾ ਰੋਡ ਦੇ ਉੱਤੇ ਚੱਲਦੀ ਨਜ਼ਰ ਆਊਗੀ। ਸੋ ਇੱਥੋਂ ਇਹ ਇੱਕ ਚੀਜ਼ ਦਾ ਆਈਡੀਆ ਲਾਇਆ ਜਾ ਸਕਦਾ ਵੀ ਮਰਸਡੀਜ਼ ਹਮੇਸ਼ਾ ਉਹਦੇ ਇੰਜਣ ਜਾਂ ਫਿਰ ਬਿਲਡ ਕੁਆਲਿਟੀ ਆ ਜਿਹੜੀ ਮਰਸਡੀਜ਼ ਦੀ ਜ਼ਿਆਦਾ ਬੈਟਰ ਰਹੀ ਹੈ, ਮੰਨਦੇ ਵੀ ਆ ਲੋਕ ਔਰ ਇਹਦੀ ਬੈਸਟ ਉਦਾਹਰਣ ਵੀ ਇਸ ਦੇਸ਼ ਦੇ ਵਿੱਚ ਮਿਲਦੀ ਹੈ। ਆਹ ਬਈ ਇੱਥੇ ਕੋਈ ਵੀਜ਼ਾ ਸੈਂਟਰ ਬਣਿਆ ਹੋਇਆ ਕਈ ਦੇਸ਼ਾਂ ਦਾ। ਆਹ ਦੇਖੋ ਬਈ, ਆਹ ਵੀ ਸਾਹਮਣੇ ਚਾਈਨੀਜ਼ ਬੰਦੇ ਦਾ ਕੋਈ ਹੈਗਾ, ਚਾਈਨੀਜ਼ ਸਾਰੇ ਪਾਸੇ ਭਰੇ ਪਏ ਅਫਰੀਕਾ 'ਚ ਔਰ ਇੱਥੇ ਬਹੁਤ ਜ਼ਿਆਦਾ ਹੈ। ਸੁਣਨ 'ਚ ਆਇਆ ਵੀ ਇੱਥੇ ਬਹੁਤ ਸਾਰੇ ਚਾਈਨੀਜ਼ ਨੇ ਆਪਦੀਆਂ ਫੈਕਟਰੀਆਂ ਲਾ ਰੱਖੀਆਂ, ਇੰਡੀਅਨ ਬੰਦਿਆਂ ਦੀਆਂ ਵੀ ਹੈਗੀਆਂ ਪਰ ਇੰਨੀਆਂ ਜ਼ਿਆਦਾ ਨਹੀਂ ਜਿੰਨੀਆਂ ਚਾਈਨੀਜ਼ ਨੇ ਲਾ ਰੱਖੀਆਂ ਬਈ ਇੱਥੇ। ਜ਼ਿਆਦਾ ਮੈਂ ਦੱਸ ਰਿਹਾ ਸੀ ਹੁਣ ਆਪਣੇ VFS ਵਗੈਰਾ ਦੇਖੋ ਕਿੱਦਾਂ ਦਿੱਲੀ ਦੇ ਵਿੱਚ ਬਣੇ ਹੁੰਦੇ ਨਾ ਸ਼ਾਨਦਾਰ, ਦਿੱਲੀ ਬੰਬੇ 'ਚ, ਅਤੇ ਆਪਾਂ ਨੂੰ ਲੱਗਦਾ ਇੱਥੇ ਵੀ ਦੇਖ ਲਓ ਬਿਲਕੁਲ ਕੱਚੀ ਗਲੀ ਔਰ ਕੱਚੀ ਗਲੀ ਦੇ ਵਿੱਚ ਆਫੀਸ਼ੀਅਲ ਵੀਜ਼ਾ ਸੈਂਟਰ ਆ, ਕੋਈ ਇੱਦਾਂ ਉਹ ਨਹੀਂ ਗਾ। ਕੱਲ੍ਹ ਵੀ ਮੈਂ ਲੋਕ ਦੇਖਿਆ ਇੱਥੇ ਆ ਰਹੇ ਸੀਗੇ, ਉਹਦੇ ਨਾਲ ਹੀ ਮੋਰੋਕੋ ਦੀ ਅੰਬੈਸੀ ਆ, ਇਹਦੇ ਪਰਲੇ ਪਾਸੇ ਸਪੇਨ ਦੀ ਅੰਬੈਸੀ ਆ, ਇੱਥੇ ਯੂਰਪ ਵਗੈਰਾ ਦੇ ਵੀਜ਼ਾ ਵੀ ਅਪਲਾਈ ਹੁੰਦੇ ਹੋਣਗੇ। ਔਰ ਗਲੀ ਦੇਖੋ ਬਈ ਕਿੱਦਾਂ ਦੀ ਆ, ਮਤਲਬ ਬਿਲਕੁਲ ਹੀ ਰੇਤਾ ਹੀ ਪਿਆ। ਉਹਦਾ ਇੱਕ ਰੀਜ਼ਨ ਹੈ, ਰੇਤੇ ਦੇ ਵਿੱਚ ਨਾ ਕੰਸਟਰਕਸ਼ਨ ਕਰਨੀ ਵੀ ਬਹੁਤ ਔਖੀ ਹੁੰਦੀ ਆ ਵੈਸੇ ਵੀ, ਔਰ ਬਾਕੀ ਬਈ ਇਸ ਦੇਸ਼ ਕੋਲ ਇੰਨੇ ਜ਼ਿਆਦਾ ਪੈਸੇ ਨਹੀਂ ਹੈਗੇ ਕਿ ਹਰ ਗਲੀ ਨੂੰ ਰੋਡ ਨੂੰ ਆਪਦੀ ਨੂੰ ਪੱਕਾ ਕਰ ਸਕੇ। ਅਤੇ ਬਾਕੀ ਰੇਤੇ ਦੇ ਵਿੱਚ ਜੇ ਕੋਈ ਚੀਜ਼ ਕੰਧ ਖੜਾਉਣੀ ਹੈ ਤਾਂ ਟੈਕਨੋਲੋਜੀ ਥੋੜ੍ਹੀ ਵਧੀਆ ਯੂਜ਼ ਕਰਨੀ ਪੈਂਦੀ ਹੈ, ਜਿਹੜੀ ਕਿ ਇਹਨਾਂ ਲਈ ਵੀ ਬਹੁਤ ਔਖਾ ਯੂਜ਼ ਕਰਨਾ, ਤਾਂ ਕਰਕੇ ਹਾਲਾਤ ਇੱਥੇ ਇਹ ਨੇ। ਆ ਗਿਆ ਵੀ ਸਾਹਮਣੇ ਮੇਰਾ ਹੋਟਲ, ਚੱਲਦੇ ਹਾਂ ਥੋੜ੍ਹੀ ਦੇਰ ਰੈਸਟ ਕਰਦੇ ਹਾਂ, ਉਸ ਤੋਂ ਬਾਅਦ ਸੁਰਜੀਤ ਬਾਈ ਆਉਣਗੇ ਤਾਂ ਉਹਨਾਂ ਨਾਲ ਗੱਲਾਂ ਬਾਤਾਂ ਮਾਰਾਂਗੇ ਫਿਰ ਨਿਕਲਾਂਗੇ ਬਈ ਇੱਥੋਂ। ਆ ਬਾਈ ਨੇ ਮੈਨੂੰ ਉੱਥੇ ਸਿੱਕੇ ਵਾਪਸ ਕੀਤੇ ਆ ਬਈ, ਇਹ ਸਿੱਕੇ ਦੇਖੋ, ਇਹ 20-20 ਦਾ ਸਿੱਕਾ, ਦੇਖੋ ਨਾ ਮੈਂ ਤੁਹਾਨੂੰ, ਆ ਦੇਖੋ 20 ਦਾ, ਕਿੰਨੇ ਪਿਆਰੇ ਸਿੱਕੇ ਆ ਇਹ, 2 ਮੈਂ ਰੱਖ ਲੈਣਾ, 20 ਉਗੀਆ ਦਾ ਮਤਲਬ ਇੰਡੀਆ ਦੇ 40-42 ਰੁਪਏ ਦਾ ਸਿੱਕਾ ਹੋ ਗਿਆ ਇਹ।
ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸਿਆ ਹੋਣਾ ਹੈ ਕਿ ਜਿਹੜੀ ਕਰੰਸੀ ਆ ਮੈਟਰ ਨਹੀਂ ਕਰਦੀ, ਕਿਉਂਕਿ ਜ਼ਿਆਦਾਤਰ ਲੋਕ ਆਪਣੇ ਪੰਜਾਬ ਦੇ ਵਿੱਚ ਵੀ ਇਹ ਚੀਜ਼ ਚੱਲਦੀ ਹੈ ਕਿ ਜ਼ਿਆਦਾਤਰ ਏਜੰਟਸ ਕੀ ਕਰਦੇ ਆ, ਲੋਕਾਂ ਨੂੰ ਕਰੰਸੀ ਵੱਡੀ ਉਸ ਦੇਸ਼ ਦੀ ਉਹਦਾ ਸੁਪਨਾ ਦਿਖਾ ਕੇ ਉਹਨਾਂ ਨੂੰ ਭੇਜ ਦਿੰਦੇ ਆ, ਉੱਥੇ ਜਾ ਕੇ ਸੈਲਰੀਜ਼ ਉਹਨਾਂ ਦੀਆਂ ਬਿਲਕੁਲ ਇੰਡੀਆ ਤੋਂ ਵੀ ਘੱਟ ਹੁੰਦੀਆਂ। ਸੋ ਇੱਦਾਂ ਦੇ ਬਹੁਤ ਸਾਰੇ ਦੇਸ਼ ਹੈ। ਸੋ ਕਰੰਸੀ ਮੈਟਰ ਨਹੀਂ ਕਰਦੀ, ਕਰੰਸੀ ਤਾਂ ਜਪਾਨ ਦੀ, ਸਾਊਥ ਕੋਰੀਆ ਦੀ, ਇੰਡੀਆ ਤੋਂ ਥੱਲੇ ਹੈ। ਸੋ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਜਪਾਨ ਇੰਡੀਆ ਤੋਂ ਗਰੀਬ ਹੈ। ਸੋ ਉੱਦਾਂ ਵੀ ਇਸ ਦੇਸ਼ ਦੀ ਨਾ ਕਰੰਸੀ, ਜਿਵੇਂ ਅੱਜ ਜਿਹੜਾ ਨੋਟ ਇੱਥੇ 500 ਦਾ ਉਹ 5000 ਦਾ ਹੁੰਦਾ ਸੀਗਾ। ਸੋ ਹਿਸਾਬ ਲਾ ਲਓ ਕਿ ਇੰਡੀਆ ਦੇ 1 ਰੁਪਈਏ ਨਾਲ ਇਹਨਾਂ ਦੇ ਸ਼ਾਇਦ 25 ਆਉਂਦੇ ਹੋਣਗੇ ਉਸ ਟਾਈਮ, ਹੈਨਾ, ਇੱਦਾਂ ਹੋਊਗਾ। ਇਹਨਾਂ ਨੇ ਕੀ ਕੀਤਾ, ਆਪਦੀ ਕਰੰਸੀ 'ਚੋਂ ਇੱਕ ਜ਼ੀਰੋ ਹਟਾ ਤੀ, ਜ਼ੀਰੋ ਹਟਾ ਤੀ, ਉਹ 5000 ਦਾ ਨੋਟ 500 ਦਾ ਰਹਿ ਗਿਆ, 500 ਦਾ ਨੋਟ 50 ਦਾ ਰਹਿ ਗਿਆ, ਜਿਹੜਾ 100 ਦਾ ਨੋਟ ਸੀ ਉਹ 10 ਦਾ ਰਹਿ ਗਿਆ। ਸੋ ਕਰੰਸੀ ਦੀ ਵੈਲਿਊ ਵੱਧ ਗਈ। ਸੋ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇੱਕ ਅੱਧਾ ਸਾਲ ਲੱਗਦਾ ਉਹਨੂੰ ਹੌਲੀ ਹੌਲੀ ਮੈਨੂਪਲੇਟ ਹੋਣ ਨੂੰ। ਸੋ ਬਈ ਉਸ ਤੋਂ ਬਾਅਦ ਇਹਨਾਂ ਨੇ ਆਪਦੇ ਸਾਰਾ ਸੈਟਿੰਗ ਕਰ ਲਈ, ਅਤੇ ਤਾਂ ਕਰਕੇ ਇਹਨਾਂ ਦੀ ਕਰੰਸੀ ਦੀ ਵੈਲਿਊ ਇੰਡੀਆ ਤੋਂ ਜ਼ਿਆਦਾ, 1 ਡਾਲਰ ਦੇ ਵਿੱਚ ਕੁਛ 40 ਉਗੀਆ ਆਉਂਦੇ ਨੇ। ਸੋ ਇੰਡੀਆ ਦੇ 80-83 ਆਉਂਦੇ ਨੇ, ਪਰ ਇਸ ਤੋਂ ਪਹਿਲਾਂ ਉਹ 1 ਡਾਲਰ ਦੇ ਵਿੱਚ 40 ਦੀ ਥਾਂ 'ਤੇ 400 ਉਗੀਆ ਆਉਂਦੇ ਸੀਗੇ। ਸੋ ਇੱਦਾਂ ਹੁੰਦਾ ਵੀ ਉਹ ਆਪਦੇ ਹੱਥ 'ਚ ਹੁੰਦੀ ਹੈ ਇੰਡੀਆ ਦੀ ਕਰੰਸੀ। ਜੇ ਅੱਜ ਚਾਹੀਏ 1 ਜ਼ੀਰੋ ਹਟਾ ਦਿਉ, 2 ਜ਼ੀਰੋ ਹਟਾ ਦਿਉ, ਉਹ ਸਰਕਾਰ ਦੇ ਹੱਥ 'ਚ ਹੁੰਦਾ, ਪਰ ਇੱਦਾਂ ਕੋਈ ਕਰਦਾ ਨਹੀਂ ਹੈ ਛੇਤੀ ਨਾਲ। ਜਿਹਦੀ ਜ਼ਿਆਦਾ ਹੀ ਵੈਲਿਊ ਡਿੱਗਣ ਲੱਗ ਜਾਂਦੀ ਨਾ, ਫਿਰ ਉਹ ਕਰੰਸੀ ਨੂੰ ਥੋੜ੍ਹਾ ਮੈਨੇਜ ਕਰਨ ਲਈ ਇੱਦਾਂ ਦੀਆਂ ਚੀਜ਼ਾਂ ਕਰਦੇ ਨੇ। ਬਾਕੀ ਨੋਟ ਬੜੇ ਪਿਆਰੇ ਆ ਵੀ ਇਹਨਾਂ ਦੇ, ਦੇਖ ਸਕਦੇ ਹੋ ਪਲਾਸਟਿਕ ਜੇ ਦੇ ਬਣਾਏ ਹੋਏ ਆ। ਮਾਲਦੀਵਸ ਦੇ ਵੀ ਨੋਟ ਇੱਦਾਂ ਦੇ ਸੀਗੇ, ਪਲਾਸਟਿਕ ਦੇ ਕਈ ਦੇਸ਼ਾਂ 'ਚ ਹੁੰਦੇ ਆ ਇੱਦਾਂ ਦੇ ਨੋਟ, ਸੋਹਣੇ ਲੱਗਦੇ ਇੱਦਾਂ ਦੇ ਨਾ, ਖਰਾਬ ਨਹੀਂ ਹੁੰਦੇ ਇੱਕ ਤਾਂ ਛੇਤੀ, ਸਾਰੇ 500 ਦੇ ਨਿਕਲੇ ਆ। ਬਾਈ ਆ ਗਏ ਬਾਹਰ, ਸੁਰਜੀਤ ਬਾਈ ਆ ਗਏ ਸੀਗੇ, ਇਹ ਸੀਗਾ ਬਾਈ ਦਾ ਹੋਟਲ, ਅਤੇ ਬਾਈ ਨੂੰ ਕਹਿ ਕੇ ਬਾਏ ਬਾਏ, ਹੁਣ ਨਿਕਲਣ ਲੱਗੇ ਹਾਂ ਬਾਈ ਟ੍ਰੇਨ ਸਟੇਸ਼ਨ ਵਾਲੇ ਪਾਸੇ। ਇਹ ਡਿੱਗੀ ਓਪਨ ਹੋ, ਖਾਲੀ ਹੈ ਸਮਾਨ ਤਾਂ ਨਹੀਂ, ਬੀਚ ਮੇ ਰੱਖ ਸਕਤੇ ਹੋ, ਕੋਈ ਹੈ ਤਾਂ ਨਹੀਂ, ਰੱਖ ਦੇਤਾ ਥੋੜ੍ਹਾ, ਇਹ ਵਾਲਾ ਬੈਗ ਤੋਂ ਬੀਚ ਮੇ ਰੱਖ ਲੂੰਗਾ। ਚਲੋ ਸੁਰਜੀਤ ਬਾਈ ਆ ਗਏ ਸੀ, ਸੁਰਜੀਤ ਬਾਈ ਹੈ ਪਟਨਾ ਤੋਂ। ਹੈਲੋ, ਉਹ ਸੁਰਜੀਤ ਬਾਈ ਬਾਈ ਇੱਥੇ ਰਹਿੰਦੇ ਆ, ਪਿਛਲੇ 7 ਸਾਲ ਸੇ ਅਭੀ ਇਹੀ ਰਹਿ ਰਹੇ ਹੋ ਨਾ? 7 ਸਾਲ ਤੋਂ ਬਾਈ ਇੱਥੇ ਹੀ ਰਹਿੰਦੇ ਆ, ਅਤੇ ਇਸ ਤੋਂ ਪਹਿਲਾਂ ਵੀ ਅਫਰੀਕਾ 'ਚ ਹੀ ਰਹੇ, ਈਸਟ ਅਫਰੀਕਾ ਸੀਗੇ, ਉਸ ਤੋਂ ਬਾਅਦ ਫਿਰ ਸੈਨੇਗਲ ਆ ਗਏ, ਅਤੇ ਹੁਣ ਇੱਥੇ ਆ ਗਏ ਬਾਈ। ਉਹ ਆਹ ਦੇਖੋ ਇੱਥੇ ਵੀਜ਼ਾ ਸੈਂਟਰ, ਮੈਂ ਦਿਖਾ ਰਿਹਾ ਸੀ ਨਾ ਤੁਹਾਨੂੰ, ਇੱਕ ਵੀਜ਼ਾ ਸੈਂਟਰ ਹੀ ਆ ਬਾਈ ਇੱਥੇ ਦਾ, ਸਪੇਨ ਦਾ ਅਤੇ ਮੋਰੋਕੋ ਦਾ ਸ਼ਾਇਦ। ਬਾਈ ਇੱਕ ਸ਼ੋਪ 'ਤੇ ਜਾਵਾਂਗੇ, ਵੈਸੇ ਤਾਂ ਮੇਰਾ ਇਰਾਦਾ ਸੀਗਾ ਕਿ ਅੱਜ ਅਸੀਂ ਰੁਕਦੇ ਤਾਂ ਸੁਰਜੀਤ ਬਾਈ ਨਾਲ ਹੋਰ ਗੱਲਾਂ ਬਾਤਾਂ ਮਾਰਦੇ, ਪਰ ਅਨਫੋਰਚੁਨੇਟਲੀ ਮੈਂ ਬਾਈ ਜਾਣਾ, ਫਿਰ ਮੈਂ ਵਾਪਸ ਆਉਣਾ। ਉਸ ਤੋਂ ਬਾਅਦ ਬਾਈ ਮੈਂ ਦੁਬਾਰਾ, ਮੇਰੀ ਫਲਾਈਟ ਇੱਕ ਹੈਗੀ ਆ ਜਿਹੜੀ ਕਿ ਮੋਰੋਕੋ ਤੋਂ ਹੈ, ਮੈਂ ਮੋਰੋਕੋ ਦਾ ਵੀਜ਼ਾ ਅਪਲਾਈ ਕਰਤਾ ਆ ਸ਼ਨੀ ਐਤਵਾਰ ਕਰਕੇ, ਹੁਣ ਪਤਾ ਨਹੀਂ ਵੀਜ਼ਾ ਆਊਗਾ ਕਦੋਂ, ਇੱਕ ਅੱਧੇ ਦਿਨ 'ਚ ਹੀ ਵੈਸੇ ਤਾਂ ਆ ਜਾਂਦਾ ਹੁੰਦਾ, ਅਤੇ ਫਿਰ ਆ ਕੇ ਜੇ ਇੱਕ ਦਿਨ ਟਾਈਮ ਹੋਇਆ ਤਾਂ ਫਿਰ ਇੱਕ ਦਿਨ ਮੈਂ ਇੱਥੇ ਨੌਦੀਪੁਰ ਰੁਕੂੰਗਾ, ਅਤੇ ਨਹੀਂ ਤਾਂ ਬਾਈ ਫਿਰ ਮੋਰੋਕੋ ਵੱਲ ਨੂੰ ਨਿਕਲਣਾ ਪਊਗਾ, ਕਿਉਂਕਿ ਉਸ ਤੋਂ ਅੱਗੇ ਫਿਰ ਮੈਂ ਸਵਿਟਜ਼ਰਲੈਂਡ ਜਾਣਾ। ਬਾਈ ਯਹੀਂ ਸੇ ਗਿਆ ਥਾ ਵੋ ATM ਸੇ ਨਾ, ਤੋ ਆਪ ਯਾ ਯਹਾਂ ਪੇ ਕਰਤੇ ਕਿਆ ਹੈ? ਫਿਸ਼ ਟ੍ਰੇਡਿੰਗ ਹੈ, ਹਮ ਫਿਸ਼ ਪ੍ਰੋਕਿਊਰਮੈਂਟ ਕਰਤੇ ਹੈ, ਯਹਾਂ ਸੇ ਖਰੀਦ ਕੇ। ਅੱਛਾ, ਔਰ ਹਮ ਲੋਗ ਐਕਸਪੋਰਟ ਕਰਤੇ ਹੈ ਡਿਫਰੈਂਟ ਅਫਰੀਕਨ ਕੰਟਰੀ ਮੇ। ਅੱਛਾ, ਲਾਈਕ ਵੈਸਟ, ਮੇਨਲੀ ਵੈਸਟ ਅਫਰੀਕਾ ਮੇ। ਓਕੇ, ਸੋ ਬਾਈ ਯਾਰ ਇਹ ਮਤਲਬ ਫਿਸ਼ ਟ੍ਰੇਡਿੰਗ ਦਾ ਇੱਥੇ ਕੰਮ ਕਰਦੇ ਨੇ, ਜ਼ਿਆਦਾਤਰ ਜਿਹੜੀ ਇੱਥੋਂ ਦੀ ਇਕੋਨਮੀ ਹੈ ਨਾ ਬਾਈ ਇਸ ਦੇਸ਼ ਦੀ, ਉਹ ਫਿਸ਼ ਦੇ ਉੱਤੇ ਵੀ ਕਾਫੀ ਜ਼ਿਆਦਾ ਨਿਰਭਰ ਕਰਦੀ ਹੈ, ਅਤੇ ਦੂਜਾ ਡਿਪੈਂਡ ਕਰਦੀ ਹੈ ਜਿਹੜੀ ਆਇਰਨ ਓਰੇ ਟ੍ਰੇਨ ਹੈ, ਆਇਰਨ ਓਰੇ ਦੇ ਉੱਤੇ ਕਾਫੀ ਜ਼ਿਆਦਾ ਡਿਪੈਂਡ ਕਰਦੀ ਹੈ। ਔਰ ਇਹ ਜੋ ਆਪ ਬਤਾ ਰਹੇ ਤੇ ਜੋ ਟ੍ਰੇਨ ਹੈ, ਇਹ ਪ੍ਰਾਈਵੇਟ ਹੈ ਇੱਕ ਤਰ੍ਹਾਂ ਸੇ, ਪ੍ਰਾਈਵੇਟ ਕੰਪਨੀ ਕੰਪਨੀ ਹੈ ਜੋ, ਉਸਕਾ ਨਾਮ ਹੈ ਸਨਿਮ। ਅੱਛਾ, ਹਾਂ, ਤੋ ਸਨਿਮ ਕੰਪਨੀ ਉਸਮੇ, ਹਾਲਾਂਕਿ ਸਰਕਾਰ ਕਾ ਵੀ ਹਿੱਸੇਦਾਰੀ ਹੈ। ਅੱਛਾ, ਗਵਰਨਮੈਂਟ ਕਾ ਵੀ ਸ਼ੇਅਰ ਹੈ ਉਸ ਕੰਪਨੀ ਮੇ, ਤੋ ਵੀ ਕੈਨ ਸੇ ਅਰਧ ਸਰਕਾਰ, ਅਰਧ ਸਰਕਾਰੀ, ਹਾਂ, ਜੈਸੇ ਕੋਆਪਰੇਟਿਵ ਹੋਤੇ ਹੈ ਹਮਾਰੇ, ਹੈ ਨਾ, ਤੋ ਉਨਕੀ ਪ੍ਰਾਈਵੇਟ ਟ੍ਰੇਨ ਹੈ ਯੇ। ਅੱਛਾ, ਉਨਕੇ ਲਈ ਹੀ ਚਲਤੀ ਹੈ, ਔਰ ਯੇ ਟ੍ਰੇਨ ਗੁੱਡਸ ਟ੍ਰੇਨ ਹੈ, ਅੱਛਾ, ਪੈਸੇਂਜਰ ਟ੍ਰੇਨਸ ਨਹੀਂ ਹੈ। ਹਾਂ, ਇਸਮੇ ਵੋ ਜਵੇਰਾਤ ਸੇ ਵੋ ਲਾਤੇ ਹੈ, ਓਰ ਲਾਤੇ ਹੈ, ਆਇਰਨ ਓਰ। ਹਾਂ, ਔਰ ਉਸਕੋ ਯਹਾਂ ਕੀ ਫੈਕਟਰੀ ਮੇ ਪ੍ਰੋਸੈਸ ਕਰਤੇ ਹੈ। ਅੱਛਾ, ਵੋ ਫੈਕਟਰੀ ਯਹਾਂ ਸੇ ਕੁਛ 3 ਕਿਲੋਮੀਟਰ ਦੂਰ ਹੈ ਬਸ। ਫੈਕਟਰੀ ਯਹਾਂ ਪੇ ਹੈ, ਔਰ ਵੋ ਵਹਾਂ ਪੇ ਮਤਲਬ ਮਾਈਨਿੰਗ ਹੋਤੀ ਹੈ, ਤੋ ਮਤਲਬ ਆਜ ਜੋ ਮੈਂ ਜਾਊਂਗਾ, ਮੈਂ ਮਾਈਨਿੰਗ ਟਾਊਨ ਮੇ ਜਾਊਂਗਾ।
ਸੋ ਆਪਾਂ ਅੱਜ ਉਸ ਟ੍ਰੇਨ 'ਚ ਬਹਿ ਕੇ ਮਾਲ ਗੱਡੀ ਦੇ ਵਿੱਚ ਬਹਿ ਕੇ ਆਪਾਂ ਮਾਈਨਿੰਗ ਟਾਊਨ ਜਾਵਾਂਗੇ। ਮਾਲ ਗੱਡੀ ਹੈ, ਪੈਸੈਂਜਰ ਟ੍ਰੇਨ ਨਹੀਂ ਹੈਗੀ ਬਈ। ਇਹ ਮਾਰਕੀਟ ਆ ਗਈ ਬਈ, ਇੱਥੋਂ ਕੁਛ ਖਾਣ ਪੀਣ ਦਾ ਲੈ ਲੈਂਦੇ ਹਾਂ। ਚਾਈਨਾ 'ਚ ਲਿਖਿਆ ਹੋਇਆ, ਚਾਈਨੀਜ਼ ਮਾਰਕੀਟ ਹੀ ਹੈ ਇੱਥੇ ਸਾਰੀ। ਕੁਛ ਖਾਣ ਪੀਣ ਦਾ ਅਤੇ ਕੁਛ ਫਰੂਟ ਲੈ ਲੈਂਦੇ ਹਾਂ ਬਈ। ਟ੍ਰੇਨ 'ਚ ਤਾਂ ਕੁਛ ਮਿਲਣ ਵਾਲਾ ਹੈ ਨਹੀਂ। ਉਹ ਵੀ ਆ ਫਰੂਟ ਲੈ ਲਏ ਮੈਂ, 2-3-4 ਕੇਲੇ ਲੈ ਲਏ, 2 ਸੇਬ ਲੈ ਲਏ, ਅਤੇ ਉਹ ਬਈ ਸੁਰਜੀਤ ਬਾਈ ਨੂੰ ਪੁਲਿਸ ਵਾਲੇ ਲੈ ਗਏ ਸੀਗੇ। ਹੁਣੇ ਅਸੀਂ ਸੁਪਰ ਮਾਰਕੀਟ ਮੈਂ ਗਿਆ ਸੀ ਨਾ, ਉੱਥੇ ਲੈਣ ਇੱਕ ਤਾਂ ਮੈਂ ਆਹ ਲੈ ਕੇ ਆਇਆ ਅਤੇ ਬਾਕੀ ਵਾਲੇ ਅੱਗੋਂ ਬਾਈ ਕਹਿੰਦੇ ਲੈ ਲਾਂਗੇ ਪਾਣੀ ਪੂਣੀ। ਅਤੇ ਸੁਰਜੀਤ ਬਾਈ ਕੋਲ ਪੁਲਿਸ ਵਾਲੇ ਆ ਗਏ ਸੀ, ਉਹ ਦੇਖੋ ਸਾਹਮਣੇ ਵੀ ਪੁਲਿਸ ਵਾਲਾ ਕਿਸੇ ਗੱਡੀ ਵਾਲੇ ਨੂੰ ਰੋਕੀ ਖੜਾ। ਸੋ ਇਹ ਬਈ ਬਹਾਨਾ ਲੱਭਦੇ ਰਹਿੰਦੇ ਵੀ ਕਿਸੇ ਕੋਲ ਕੋਈ ਕਾਗਜ਼ ਘੱਟ ਹੋਵੇ, ਕਿਸੇ ਕੋਲ ਕੋਈ ਕਾਗਜ਼ ਘੱਟ ਹੋਵੇ। ਅਤੇ ਬਾਈ ਨਾਲ ਪਹਿਲਾਂ ਕਹਿੰਦੇ ਕੋਈ ਯੂਪੀ ਦਾ ਮੁੰਡਾ ਸੀਗਾ, ਉਹਨੂੰ ਛੜਾਇਆ ਸੀਗਾ ਅਤੇ ਉਹ ਪੈਸੇ ਨਹੀਂ ਦੇ ਗਿਆ। ਸੁਰਜੀਤ ਬਾਈ ਤੋਂ ਆ ਕੇ ਇਹਨਾਂ ਨੇ ਪੈਸੇ ਲੈ ਲਏ। ਕਿਤਨੇ ਲਿਆ ਬਈਆ? 100 ਗਿਆ ਬਈ, 100 ਗਿਆ ਲੈ ਲਏ, ਦੇਖ ਲਓ। ਹੈ ਮਤਲਬ 2 ਮਹੀਨੇ ਬਾਅਦ ਵੀ ਯਾਦ ਰਿਹਾ ਉਹਨਾਂ ਨੂੰ ਕਿਹਾ ਬੰਦਾ ਸੀਗਾ। ਸੋ ਇੰਨੀ ਕੁ ਜ਼ਿਆਦਾ ਘੱਟ ਪਾਪੂਲੇਸ਼ਨ ਹੈ, ਇਹਨਾਂ ਨੂੰ ਸਭ ਯਾਦ ਰਹਿੰਦਾ ਕਿਹੜਾ ਬੰਦਾ ਕੌਣ ਸੀ, ਕਿਹੜਾ ਕੌਣ ਸੀ, ਸ਼ਕਲ ਯਾਦ ਰੱਖਦੇ। ਗੱਡੀ ਦੇਖ ਕੇ ਆ ਗਏ, ਕਹਿੰਦਾ ਦੇ ਬਈ 2 ਮਹੀਨੇ ਪਹਿਲਾਂ ਤੂੰ ਬੰਦਾ ਛੜਾਇਆ ਸੀਗਾ, 100 ਗਿਆ ਤੇਰੇ ਹਾਲੇ ਤੱਕ ਨਹੀਂ ਆਏ। ਕਹਿੰਦਾ ਬਈ ਇੱਥੋਂ ਦਾ ਪ੍ਰੈਜ਼ੀਡੈਂਟ ਹਾਊਸ ਹੈ ਬਈ, ਦੇਖ ਲਓ। ਕਾਫੀ ਜ਼ਿਆਦਾ ਸਿਕਿਉਰਿਟੀ ਵੀ ਇਹਦੀ ਕੀਤੀ ਗਈ ਹੈ, ਪਰ ਨੋਰਮਲ ਲੱਗ ਰਿਹਾ। ਇਹ ਨੌਦੀਬੂ ਦੇ ਵਿੱਚ ਹੈ, ਵੈਸੇ ਤਾਂ ਮੇਨ ਇਹਨਾਂ ਦਾ ਸ਼ਾਇਦ ਨੌਕਸ਼ੋਟ 'ਚ ਹੋਊਗਾ, ਕੈਪੀਟਲ ਇਹਨਾਂ ਦੀ ਨੌਕਸ਼ੋਟ ਹੈ ਬਈ। ਨੌਕਸ਼ੂਟ ਅਤੇ ਨੌਕਸ਼ੂਟ ਕੀ ਕਹੋਗੇ ਤੁਸੀਂ ਉਹਨੂੰ? ਨੌਕਸ਼ੋਟ, ਨੌਕਸ਼ੋਟ ਕਹਿੰਦੇ ਨਾ, ਨੌਕਸ਼ੋਟ ਕਹਿੰਦੇ ਆ ਬਈ ਇਹ। ਅਤੇ ਆਹ ਦੇਖੋ ਇੱਥੇ ਸਾਰੇ ਘਰ ਘੁਰ ਅੰਡਰ ਕੰਸਟਰਕਸ਼ਨ, ਹਰੇਕ ਘਰ ਮਤਲਬ ਬਣਿਆ ਬਣਾਇਆ ਕਰ ਰਹੇ, ਇੱਥੇ ਬਹੁਤ ਘੱਟ ਦਿਖਣਗੇ ਤੁਹਾਨੂੰ, ਜ਼ਿਆਦਾਤਰ ਅੰਡਰ ਕੰਸਟਰਕਸ਼ਨ ਹੀ ਹੈ ਬਈ। ਜੀਤ ਬਾਈ ਕਹਿੰਦੇ ਕਿ ਇੱਥੋਂ ਦਾ ਜਿਹੜਾ ਪੋਰਸ਼ ਏਰੀਆ, ਦੇਖੋ ਹਰੇਕ ਚਾਹੇ ਦੁਨੀਆ ਦਾ ਜਿੱਦਾਂ ਮਰਜ਼ੀ ਇੱਦਾਂ ਦਾ ਦੇਸ਼ ਹੋਵੇ, ਉਹਦੀ ਇਕੋਨਮੀ ਜਿੱਦਾਂ ਦੀ ਵੀ ਹੋਵੇ ਬਈ, ਉੱਥੇ ਅਮੀਰ ਲੋਕ ਤਾਂ ਹੁੰਦੇ ਹੀ ਹੁੰਦੇ ਆ। ਕਿਉਂ ਸੁਰਜੀਤ ਬਿਆ? ਅਮੀਰ ਲੋਕ ਹਰ ਜਗ੍ਹਾ ਮਿਲੇਂਗੇ। ਆਪਣੇ ਤਾਂ ਅਫਰੀਕਾ ਮੈਂ ਬਹੁਤ ਜ਼ਿਆਦਾ ਸਾਲ ਬਿਤਾ ਦੀਏ, ਬਹੁਤ ਅਮੀਰ ਹੈ, ਜੋ ਗਰੀਬ ਹੈ ਉਹ ਬਹੁਤ ਗਰੀਬ ਹੈ। ਸੋ ਬਈ ਬਾਈ ਕਹਿੰਦੇ ਮੈਂ ਤੁਹਾਨੂੰ ਪੋਰਸ਼ ਏਰੀਆ ਦੇ ਵਿੱਚ ਦੀ ਲੈ ਕੇ ਚੱਲਦਾ। ਸੋ ਆਪਾਂ ਪੋਰਸ਼ ਏਰੀਆ ਦਿਖਾਉਂਦੇ ਇਹਨਾਂ ਦਾ ਕਿੱਦਾਂ ਦਾ। ਆਹ ਜਿਹੜੀ ਛੋਟੀ ਤੁਸੀਂ ਕੰਧ ਦੇਖ ਰਹੇ ਹੋ ਨਾ, ਇਹ ਸਾਰੀ ਏਅਰਪੋਰਟ ਦੀ ਕੰਧ ਹੈ ਬਈ, ਦੇਖ ਲਓ ਤੁਸੀਂ। ਐਂ ਕਿੰਨੀ ਛੋਟੀ ਜਿਹੀ ਮਤਲਬ ਕੰਧ ਹੈ ਏਅਰਪੋਰਟ ਦੀ, ਆਪਣੇ ਇੱਦਾਂ ਪਿੰਡਾਂ 'ਚ ਵੀ ਇੱਦਾਂ ਨਹੀਂ ਹੁੰਦੀ, ਮਤਲਬ ਇਸ ਤੋਂ ਜ਼ਿਆਦਾ ਵੱਡੀ ਹੁੰਦੀ ਹੈ ਸਾਰੀ ਏਅਰਪੋਰਟ। ਉਹ ਰਨਵੇ ਦੇਖ ਰਿਹਾ ਸੀਗਾ ਉੱਧਰ, ਇਹ ਸਾਹਮਣੇ ਏਅਰਪੋਰਟ ਕੀ ਬਿਲਡਿੰਗ ਆ ਗਈ। ਅੱਛਾ, ਆਹ ਸਾਹਮਣੇ ਬਈ ਏਅਰਪੋਰਟ ਦੀ ਐਂਟਰੀ ਆ ਗਈ। ਨੌਦੀਬੂ ਦੇ ਵਿੱਚ ਏਅਰਪੋਰਟ ਵੀ ਹੈਗਾ, ਬਹੁਤ ਘੱਟ ਫਲਾਈਟਾਂ ਹੀ ਇੱਥੇ ਆਉਂਦੀਆਂ ਨੇ, ਗਿਣੀਆਂ ਚੁਣੀਆਂ, ਪਰ ਹਾਂ ਇੱਥੇ ਏਅਰਪੋਰਟ ਹੈਗਾ ਬਈ। ਆਹ ਏਅਰਪੋਰਟ ਦੀ ਮੇਨ ਐਂਟਰੀ ਹੈ। ਸੋ ਬਈ ਆਹ ਜਿਹੜਾ ਪੂਰਾ ਪੋਰਸ਼ ਏਰੀਆ ਦੇਖ ਸਕਦੇ ਹੋ ਤੁਸੀਂ, ਇੱਥੇ ਥੋੜ੍ਹੇ ਘਰ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਦਿਖ ਰਹੇ ਆ, ਥੋੜ੍ਹੇ ਪਤਾ ਲੱਗ ਰਿਹਾ ਹੋਣਾ ਤੁਹਾਨੂੰ। ਔਰ ਬਾਈ ਕਹਿੰਦੇ ਵੀ ਇੱਥੇ ਟੈਕਸੀ ਵਗੈਰਾ ਨਹੀਂ ਦਿਖਦੀ, ਔਰ ਵਾਕਿਆ ਨਹੀਂ ਦਿਖਦੀ, ਕਿਉਂਕਿ ਇੱਥੇ ਸਾਰਿਆਂ ਕੋਲ ਆਪਦੀਆਂ ਗੱਡੀਆਂ ਨੇ ਬਈ, ਪੈਸੈਂਜਰ ਹੀ ਨਹੀਂ ਮਿਲਦੇ, ਨਹੀਂ ਤਾਂ ਪੁਰਾਣੀਆਂ ਮਰਸਡੀਜ਼ ਲਗਭਗ ਫਿਰਦੀਆਂ ਰਹਿੰਦੀਆਂ। ਔਰ ਬਾਈ ਦੱਸ ਰਿਹਾ ਪੁਰਾਣੀ ਮਰਸਡੀਜ਼ ਜਿਤਨੀ ਵੀ ਹੈ ਉਹ ਸਾਰੀ ਟੈਕਸੀ ਹੈ। ਨਾ ਵੈਸੇ ਕਿੰਨਾ ਪ੍ਰਾਈਜ਼ ਹੋਤਾ ਯਹਾਂ ਪੇ ਟੈਕਸੀ ਕਾ? ਟੈਕਸੀ ਕਾ ਪ੍ਰਾਈਜ਼ ਆਪਕੋ 4 ਲੱਖ ਸੇ 6 ਲੱਖ ਕੇ ਬੀਚ ਮੇਂ ਮਿਲ ਜਾਏਗਾ, ਇੰਡੀਅਨ ਰੁਪੀਸ। ਨਹੀਂ ਨਹੀਂ, ਹਾਂ ਯੂ ਮੀਨ ਕਿ ਉਹ ਟ੍ਰਾਂਸਪੋਰਟ ਕਾ ਦੂਸਰੀ ਜਗ੍ਹਾ ਜਾਣੇ ਕੇ ਲਈ 20 ਹੋ ਗਿਆ। ਠੀਕ ਹੈ, ਮੈਂ ਕੱਲ 50 ਦਿੱਤੇ ਸੀ, 10 ਹੋ ਗਿਆ ਤਾਂ। ਅੱਛਾ, ਬੜਾ ਵੀ 20 ਹੋ ਗਿਆ ਲੈਤੇ ਨੇ। ਅੱਛਾ, ਸੋ ਮਤਲਬ ਇਹਨਾਂ ਦੀ ਜਿਹੜੀਆਂ ਪੁਰਾਣੀਆਂ ਮਰਸਡੀਜ਼ ਆ, ਜਿਵੇਂ ਆਪਣੇ ਇੰਡੀਆ 'ਚ ਆਟੋ ਚੱਲਦੇ ਨੇ, ਉਹ ਕਹਿ ਸਕਦੇ ਹੋ ਤੁਸੀਂ ਕਿ ਇੱਕ ਜਗ੍ਹਾ ਤੋਂ ਜਿਵੇਂ ਆਪਣੇ 20 ਰੁਪਏ ਹੁੰਦੇ ਆਟੋ ਦੇ ਜਾਂ 10 ਹੁੰਦੇ ਆ, ਜਿੰਨੇ ਵੀ ਇਹਨਾਂ ਨੇ 20 ਉਗੀਆ ਰੱਖਿਆ ਹੋਇਆ ਬਈ, ਜਿੱਥੇ ਮਰਜ਼ੀ ਜਾਓ ਬੈਠ ਜਾਓ, ਉਸ ਰੂਟ 'ਤੇ ਮੰਨ ਲਓ ਟੈਕਸੀ ਜਾ ਰਹੀ ਹੈ ਤਾਂ 20 ਉਗੀਆ ਤੁਹਾਡੇ ਤੋਂ ਲਊਗੀ, ਤੁਹਾਨੂੰ ਛੱਡ ਦਊਗੀ। ਆ ਜਿਵੇਂ ਸਾਹਮਣੇ ਅੱਗੇ ਜਾ ਰਹੀ ਹੈ ਵੀ ਟੈਕਸੀ ਹੈ। ਹੋਰ ਸਮਾਨ ਲੈ ਲਿਆ, ਪਾਣੀ ਪੂਣੀ ਲੈ ਲਿਆ ਅਤੇ ਹੋਰ ਲੈ ਲਿਆ ਸਮਾਨ ਜਿਹੜਾ ਕਿ ਆਪਣਾ ਕੰਮ ਚੱਲ ਜੇ। ਇਹ ਸੀ ਇੱਥੇ ਵੱਡੀ ਸਾਰੀ ਸੁਪਰ ਮਾਰਕੀਟ ਵੀ, ਉਹ ਸ਼ਹਿਰ ਦੀ ਸਭ ਤੋਂ ਵੱਡੀ ਸੁਪਰ ਮਾਰਕੀਟ ਹੈ। ਆਹ ਬਈ ਇੱਥੇ ਹੋਸਪਿਟਲ ਹੈ, ਇਹਨਾਂ ਦਾ ਗੌਰਮੈਂਟ ਹੋਸਪਿਟਲ ਹੈ। ਆਹ ਜਿਹੜੀ ਬਿਲਡਿੰਗ ਹੈ ਹੁਣੇ ਸਾਹਮਣੇ ਆਊਗੀ, ਦਿਖਾਉਂਦਾ ਮੈਂ ਤੁਹਾਨੂੰ। ਸੋ ਸਰਕਾਰੀ ਹਸਪਤਾਲ ਇੱਥੇ ਵੀ ਹੁੰਦੇ ਆ ਬਈ, ਦੇਖ ਲਓ।
ਆਪਣੇ ਹਸਪਤਾਲ ਵਰਗਾ ਆ ਵਧੀਆ ਨਹੀਂ ਆਪਣੇ ਥੋੜੇ ਜ਼ਿਆਦਾ ਬੈਟਰ ਹੁੰਦੇ ਆ ਬਈ ਨੌਦੀਪੂ ਚ ਇੱਦਾਂ ਦਾ ਬਣਿਆ ਹੋਇਆ ਇੱਦਾਂ ਦਾ ਸਾਡੇ ਪਿੰਡ ਬਣਿਆ ਹੋਇਆ ਏਡਾ ਹਸਪਤਾਲ ਦਾ ਸਹੀ ਗੱਲ ਹੈ ਮਜ਼ਾਕ ਨਹੀਂ ਕਰ ਰਿਹਾ ਸਰਕਾਰੀ ਹਸਪਤਾਲ ਦੀ ਗੱਲ ਕਰ ਰਿਹਾ ਮੈਂ ਪਰ ਚਲੋ ਠੀਕ ਹੈ ਯਾਰ ਇਹਨਾਂ ਦੇ ਹਿਸਾਬ ਨਾਲ ਬਹੁਤ ਵਧੀਆ ਬਣਾਇਆ ਹੋਇਆ ਬਈ ਭਾਵੇਂ ਸਾਹਮਣੇ ਦੇਖੋ ਭਾਰਤ ਦਾ ਝੰਡਾ ਲੱਗਿਆ ਹੋਇਆ ਅਤੇ ਇੱਧਰਲੇ ਪਾਸੇ ਮੋਰੀਟੇਨੀਆ ਦਾ ਇਹ ਟਾਇਲਾਂ ਦੀ ਦੁਕਾਨ ਹੈ ਸੁਰਜੀਤ ਬਾਈ ਅਤੇ ਸੁਰਜੀਤ ਬਾਈ ਦੇ ਨਾਲ ਇੱਕ ਹੈਗੇ ਨੇ ਉਹਨਾਂ ਨੇ ਮਤਲਬ ਉਹ ਸਾਰਾ ਦੇਖ ਰੇਖ ਕਰਦੇ ਨੇ ਸੁਰਜੀਤ ਬਾਈ ਦੀ ਵੀ ਪਾਰਟਨਰਸ਼ਿਪ ਹੈ ਇਹਦੇ ਵਿੱਚ ਸੋ ਇੱਦਾਂ ਦਾ ਕੰਮ ਬਈ ਅਫਰੀਕਾ ਦੇ ਵਿੱਚ ਨਾ ਮੈਂ ਸੈਰਾ ਲਿਓਨੇ ਵਗੈਰਾ ਜੇ ਤੁਸੀਂ ਮੇਰੀਆਂ ਵੀਡੀਓ ਦੇਖੀਆਂ ਨਾ ਅੱਛਾ ਇਹ ਵੀ ਦੁਕਾਨ ਹੈ ਅੱਛਾ ਦੋ ਖੋਲ ਰੱਖੀਆਂ ਅੱਛਾ ਬੜੀਆ ਵੀ ਆ ਸੋ ਬਈ ਸੈਰਾ ਲਿਓਨ 'ਚ ਤੁਸੀਂ ਦੇਖਿਆ ਹੋਣਾ ਉੱਥੇ ਸਰਦਾਰ ਜੀ ਸੀਗੇ ਜਿਹੜੇ ਉਹਨਾਂ ਨੇ ਬਣਾਇਆ ਹੋਇਆ ਸੀ ਜਿਹੜਾ ਗੁਰਦੁਆਰਾ ਵੀ ਉੱਤੇ ਬਣਾਇਆ ਸੀ ਉਹਨਾਂ ਦਾ ਵੀ ਇੱਦਾਂ ਦਾ ਹੀ ਕੁਛ ਕੰਮ ਸੀਗਾ ਸੋ ਅਫਰੀਕਾ ਦੇ ਵਿੱਚ ਨਾ ਇੱਦਾਂ ਦੇ ਕੰਮ ਬਹੁਤ ਜ਼ਿਆਦਾ ਨੇ ਬਈ ਔਰ ਬਹੁਤ ਸਾਰੇ ਇੰਡੀਅਨਸ ਨੇ ਨਾ ਇੱਦਾਂ ਦੇ ਕੰਮ ਜਿਹੜੇ ਆ ਖੋਲ੍ਹੇ ਹੋਏ ਆ ਇਹ ਬਈ ਨਾਲ ਨਾਲ ਮੇਰੇ ਇੱਧਰਲੇ ਪਾਸੇ ਰੇਲਵੇ ਟਰੈਕ ਚੱਲ ਰਿਹਾ ਇਹ ਖੈਰ ਪਿੱਛੋਂ ਮਤਲਬ ਪੋਰਟ ਵਾਲੇ ਪਾਸੇ ਆਉਂਦਾ ਸਟੇਸ਼ਨ ਇਹਦਾ ਅੱਗੇ ਬਣਿਆ ਹੋਇਆ ਇਹ ਪ੍ਰਾਈਵੇਟ ਟ੍ਰੇਨ ਹੈ ਮਤਲਬ ਇੱਦਾਂ ਦਾ ਕੁਛ ਨਹੀਂ ਹੈ ਕਿ ਬਈ ਇਹ ਕੁਛ ਪੈਸੈਂਜਰ ਟ੍ਰੇਨ ਹੈ ਪਰ ਉਹਨਾਂ ਨੇ ਬਣਾ ਦਿੱਤਾ ਹੋਇਆ ਲੋਕਾਂ ਨੂੰ ਅਲਾਓ ਕਰਤਾ ਅਤੇ ਸਾਹਮਣੇ ਆਪਾਂ ਜਾ ਰਹੇ ਹਾਂ ਸਟੇਸ਼ਨ ਵਾਲੇ ਪਾਸੇ ਨੂੰ ਇਹੀ ਰੋਡ ਹੈ ਜਿਹੜੀ ਨੌਕਸ਼ੋਟ ਨੂੰ ਨਿਕਲ ਜਾਂਦੀ ਹੈ ਇੱਕ ਪਾਸੇ ਮੁੜ ਕੇ ਮੋਰੱਕੋ ਬਾਰਡਰ ਵਾਲੇ ਪਾਸੇ ਨਿਕਲ ਜਾਂਦੀ ਹੈ ਕੱਲ੍ਹ ਮੈਂ ਇੱਥੋਂ ਹੀ ਆਇਆ ਸੀਗਾ ਵੀ ਰੇਲਵੇ ਸਟੇਸ਼ਨ ਇੱਥੋਂ ਦਾ ਸੁਰਜੀਤ ਬਾਈ ਜਾ ਰਹੇ ਹੈ ਥੈਂਕ ਯੂ ਸੁਰਜੀਤ ਭਾਈ ਆਪਣੇ ਆਪਣਾ ਕੀਮਤੀ ਸਮੇਂ ਦੀ ਆ ਸੋ ਬਾਕੀ ਬਾਈ ਆਉਂਦੀ ਵਾਰ ਆਪਾਂ ਸੁਰਜੀਤ ਬਾਈ ਨੂੰ ਮਿਲਾਂਗੇ ਅਤੇ ਜਾ ਰਿਹਾ ਸੁਰਜੀਤ ਬਾਈ ਹੁਣ ਇਹਨਾਂ ਨੂੰ ਆਪਣਾ ਵੀ ਕੰਮ ਹੈ ਅਤੇ ਮੈਂ ਹੁਣ ਵੇਟ ਕਰਦਾ ਬਾਈ ਪੁਲਿਸ ਵਾਲੇ ਕਹਿ ਰਿਹਾ 4-5 ਘੰਟੇ ਲੇਟ ਆ ਬਾਈ ਕਿੰਨਾ ਕਿੰਨੀ ਵੀ ਲੇਟ ਹੋ ਸਕਦੀ ਹੈ ਕੁਛ ਨਹੀਂ ਪਤਾ ਚਲੋ ਠੀਕ ਹੈ ਸੁਰਜੀਤ ਬਾਈ ਓਕੇ ਮਿਲਦੇ ਹਾਂ ਫਿਰ ਬਾਏ ਬਾਏ ਆ ਗਈ ਬਈ ਇੱਕ ਟ੍ਰੇਨ ਤਾਂ ਪਰ ਇਹ ਰੁਕਦੀ ਨਹੀਂ ਆ ਬਈ ਇੱਥੇ ਇੱਦਾਂ ਦੀ ਹੀ ਦੂਜੀ ਟ੍ਰੇਨ ਆਊਗੀ ਜਿਹੜੀ ਇੱਥੇ ਰੁਕ ਕੇ ਜਾਊਗੀ ਅਤੇ ਜਿੱਥੇ ਸਵਾਰੀਆਂ ਵੀ ਚੜ੍ਹ ਸਕਦੀਆਂ ਇਹ ਨਹੀਂ ਰੁਕਦੀ ਬਈ ਇੰਨੀ ਲੰਮੀ ਹੈ ਪਿਛਲੇ  5-10 ਮਿੰਟ ਤੋਂ ਲੰਘੀ ਜਾ ਰਹੀ ਹੈ ਖਤਮ ਹੀ ਨਹੀਂ ਹੋ ਰਹੀ ਬਈ ਇਹ ਦੇਖੋ ਜਿੱਥੋਂ ਤੱਕ ਨਜ਼ਰ ਜਾਊਗੀ ਉੱਥੋਂ ਤੱਕ ਹੀ ਦਿਖੂਗੀ ਬਹੁਤ ਲੰਮੀ ਚੌੜੀ ਆ ਬਈ ਇਹ 2.5-3 ਕਿਲੋਮੀਟਰ ਲੰਮੀ ਹੋ ਸੁਰਜੀਤ ਬਾਈ ਛੱਡ ਕੇ ਜਾਂਦੇ ਰਹੇ ਫਾਈਨਲੀ ਇਸ ਵੀਡੀਓ ਨੂੰ ਖਤਮ ਕਰਦੇ ਹਾਂ ਬਈ ਅੱਜ ਦੇਖਿਆ ਮੋਰੀਟਾਨੀਆ ਸਹਾਰਾ ਦੇ ਵਿੱਚ ਖਤਰਨਾਕ ਜਿਹਾ ਦੇਸ਼ ਉਮੀਦ ਕਰਦਾ ਵੀਡੀਓ ਵਧੀਆ ਲੱਗੂਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਸ਼ੁਰੂ ਕਰੋ ਜੇਕਰ ਤੁਸੀਂ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕਰਦੇ ਤਾਂ ਥੱਲੇ ਮੇਰੀ ਆਈ ਡੀ ਲਿਖੀ ਆ ਰਹੀ ਉਹ 'ਤੇ ਫੋਲੋ ਕਰ ਸਕਦੇ ਚਲੋ ਬਾਈ ਦੇਖਦੇ ਹਾਂ ਅਤੇ ਟ੍ਰੇਨ ਦਾ ਵੇਟ ਕਰਦੇ ਹਾਂ ਉਹ ਤੁਹਾਨੂੰ ਅਗਲੀ ਵੀਡੀਓ 'ਚ ਦੇਖਣ ਨੂੰ ਮਿਲੂਗੀ ਇਸ ਵੀਡੀਓ 'ਚ ਕਰੂੰਗਾ ਤਾਂ ਘੰਟੇ ਦੀ ਵੀਡੀਓ ਬਣ ਜੂਗੀ ਉਹਦੇ ਬਾਰੇ ਸਪੈਸ਼ਲ ਵੀਡੀਓ ਹੋਣੀ ਆ ਦੁਨੀਆ ਦੀ ਸਭ ਤੋਂ ਖਤਰਨਾਕ ਟ੍ਰੇਨ ਨੇ ਤੁਸੀਂ ਦੇਖ ਹੀ ਲਈ ਹੈ ਤਾਂ ਨੋਰਮਲ ਦੇਖੀ ਆ ਜਰਨੀ ਇਹਦੀ ਇਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਨਾਲ ਗੱਡੀ 'ਚ ਹੋਣ ਵਾਲੀ ਹੈ ਜਰਨੀ ਅਗਲੀ ਵੀਡੀਓ ਜ਼ਰੂਰ ਦੇਖਿਓ ਚੰਗਾ ਜੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ